ਅੱਜ ਅਸੀਂ ਲੈਣ ਆਏ ਹਾਂ ਰੋ ਮਿਲਕ। ਦੇਖਿਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੱਦਾਂ ਮਸ਼ੀਨਾਂ ਵਰਕ ਕਰਦੀਆਂ ਇੱਥੇ। ਆ ਰਹੇ ਦੁੱਧ ਵਾਲੀਆਂ, ਇੱਥੇ ਹੈ ਵੀ ਸਸਤਾ ਨਾਲੇ ਪਿਓਰ ਆ ਦੁੱਧ। ਉਹ ਪਰਾਂ ਡੇਅਰੀ ਫਾਰਮ ਆ, ਉਹਦੇ ਮਸ਼ੀਨਾਂ ਲੱਗੀਆਂ ਧਾਰਾਂ ਚੋਣ ਵਾਲੀਆਂ। ਕੀ ਹੈ ਇਹਦਾ, ਕੀ ਆ, ਕਿੱਥੇ ਲਿਖਿਆ, ਕਿੰਨੇ ਦਾ, ਕਿੱਥੇ ਆ? ਆ ਦੋ ਹਨਾ ਲੋਕਲ, ਕੀ ਢਾਈ ਲੀਟਰ, ਢਾਈਆਂ ਦਾ ਇੱਕ ਲੀਟਰ ਤੇ ਪੰਜਾਂ ਦਾ ਦੋ ਲੀਟਰ। ਗਲਤੀ ਨਾ ਉੱਤੇ ਬੰਦਾ ਇੱਕ ਸੀਗਾ ਸਾਨੂੰ, ਜਿਹਦੇ ਮਗਰ ਲੱਗ ਕੇ ਆਏ ਹਾਂ। ਇੱਥੇ ਸਿਰਫ ਕੈਸ਼ ਚੱਲਦਾ ਆ ਅਤੇ ਕੋਇਨ ਚੱਲਦੀ ਆ, ਨੋਟ ਅਤੇ ਕੋਇਨ, ਨੋ ਕਾਰਡ। ਸਾਨੂੰ ਹੁਣ ਲੈ ਕੇ ਆਉਣਾ ਪੈਣਾ ਆ ਕੈਸ਼ ਆਊਟ। ਚੱਲ ਕੋਈ ਨਹੀਂ, ਲੈ ਆਉਂਦੇ ਹਾਂ ਉਹਨਾਂ ਚਿਰ ਤੁਸੀਂ ਲੈ ਦੋ। ਕੁਦਰਤੀ ਕੈਸ਼ ਨਿਕਲ ਆਇਆ ਜੇਬ 'ਚ, ਚਾਰ ਲੀਟਰ ਟੋਟਲ, ਟੋਟਲ ਆਪਾਂ ਨੂੰ ਚਾਰ ਲੀਟਰ ਪੈ ਜਾਣਾ। ਆਪਾਂ ਤਾਂ ਕੈਨ ਹੈਗੇ ਆਪਾਂ ਤੋਂ ਚਾਰ ਲੀਟਰ ਦੇ, ਅਤੇ ਕੈਸ਼ ਵੀ ਚਾਰ ਲੀਟਰ ਲਈ ਨਿਕਲ ਹੀ ਆਉਣਾ। ਅੱਜ ਵੈਦਰ ਬਹੁਤ ਵਧੀਆ, ਬਾਹਰ ਦੇਖੋ ਆ ਪੂਰਾ ਆ ਓਲਡ ਲੱਗਦੀ ਇਹਨਾਂ ਦੀ ਬਿਲਡਿੰਗ ਰੋ ਮਿਲਕ ਵਾਲੇ। ਫਿਰ ਇਹਨਾਂ ਦੀ ਨਵਾਂ ਮਸ਼ੀਨੀਆਂ ਇੱਧਰ ਲਿਆਂਦੀਆਂ, ਆਹ ਦੇਖੋ ਪੂਰਾ ਉਹ ਪਰਾਂ ਗਾਵਾਂ ਆ, ਉਹ ਬੜੀ ਦੂਰ ਚੜਦੀਆਂ। ਅਤੇ ਸ਼ਾਮ ਨੂੰ ਇਹਨਾਂ ਨੇ ਇੱਥੇ ਆ ਜਾਣਾ, ਆਹ ਬਾਲਟੀਆਂ ਰੱਖੀਆਂ ਦੁੱਧ ਵਾਲੀਆਂ। ਇਹਨਾਂ ਨੇ ਇੱਥੇ ਲੈਣ ਮੈਨੂੰ ਲੱਗਦਾ ਲੱਗ ਜਾਂਦੀ ਹੋਣੀ ਆ, ਬੰਦ ਕਰ ਦਿੰਦੇ ਹੋਣੇ ਵਾਰੀ ਵਾਰੀ, ਉੱਧਰ ਦੀ ਆਉਂਦੀਆਂ ਹੋਣੀਆਂ ਉੱਧਰ ਦੀ ਅਤੇ ਇੱਧਰ ਦੀ ਨਿਕਲਦੀਆਂ ਹੋਣੀਆਂ। ਟੋੜ ਵਗਦਾ ਇੱਧਰੋਂ ਥੇਮਸ ਤੋਂ ਪਾਇਰੂਆ ਜਾਂਦਾ, ਅੱਗੇ ਤਰੂਆ ਆ ਛੋਟਾ ਜਿਹਾ ਟਾਊਨ, ਅਤੇ ਅੱਗੇ ਉੱਥੋਂ ਪਾਇਰੂਆ ਆ। ਆਹ ਦੇਖਿਓ ਦੁੱਧ ਪੂਰਾ ਪਿਓਰ ਭਰ ਗਿਆ ਆਪਣਾ ਜਾਰ ਪੂਰਾ। ਦੇਖਿਓ ਇੱਧਰ ਲੋਡਿੰਗ ਹੋ ਰਿਹਾ ਲੀਟਰ। ਪੂਰਾ ਸੰਘਣਾ ਦੁੱਧ ਆ ਰਿਹਾ ਵਿੱਚ, 5 ਲੀਟਰ ਪਾਉਣਾ ਵਾ ਤੁਸੀਂ ਕਹਿੰਦੇ 2 ਲੀਟਰ, ਆਹ ਕਿੰਨਾ ਹੋ ਗਿਆ ਆਪਣਾ? ਤੁਸੀਂ ਇਹਨੇ ਹੀ ਕਿਹਾ ਸੀ 2 ਲੀਟਰ, ਪਰ ਇਹ ਮੈਨੂੰ ਲੱਗਾ ਪੂਰਾ ਨਹੀਂ 2 ਲੀਟਰ ਹੋਇਆ। ਕਿੰਨੇ ਦਾ ਕੀਤਾ? 1 ਲੀਟਰ ਹੋਇਆ ਸਾਰਾ। ਹਾਂ ਮੈਨੂੰ 20 ਸੈਂਟ ਹੋਰ ਚਾਹੀਦੀ ਹੁਣ, 20 ਸੈਂਟ ਹੋਰ ਹਨਾ। ਤੇ ਕਿਹਾ ਹੋਇਆ ਸੀ ਪਹਿਲਾਂ, ਸੋਰੀ ਆਈ ਕਾਂਟ ਗਿਵ ਚੇਂਜ, ਪਲੀਜ਼ ਓਨਲੀ ਯੂਜ਼ ਇਫ ਵੀ ਯੂਜ਼ ਮੀ ਇਫ ਯੂ ਹੈਵ ਏ ਲੋਕਲ ਕੀ ਔਰ ਐਗਜ਼ੈਕਟ ਚੇਂਜ ਅਪ ਟੂ ਅਪ ਦ ਵੋਸ। ਚੱਲ ਹੁਣ $1 ਆਪਾਂ ਪਾਤਾ ਹੋਰ, ਅਤੇ ਦੇਖਦੇ ਕਿੰਨਾ ਹੋਰ ਆਉਂਦਾ ਦੁੱਧ। ਆਪਾਂ ਨੂੰ ਸ਼ਾਮੀ ਆਉਣਾ ਚਾਹੀਦਾ ਸੀ, ਸ਼ਾਮਾਂ ਨੂੰ ਧਾਰਾਂ ਇਹਨਾਂ ਨੂੰ ਦੁਬਾਰਾ ਚਾਉਣੇ ਸੀ ਤਾਜ਼ਾ ਨਹੀਂ। ਤਾਜ਼ਾ ਦੁੱਧ ਇਹਦੇ ਬਹੁਤ ਘੈਂਟ ਦੁੱਧ, ਇਹਦੇ ਨਾਲ ਦੁੱਧ ਥੋੜ੍ਹਾ ਮਿਲਦਾ ਕਿਤੇ, ਹੋ ਵੀ ਨਾਲ ਲਿਖਿਆ ਆਪਾਂ 19 ਤਰੀਕ ਤੱਕ ਡੋਸ ਕਰ ਸਕਦੇ ਜਿਹਨੂੰ। ਐਕਸਪਾਇਰੀ ਡੇਟ ਵੀ 29 ਤਰੀਕ ਤੱਕ ਹੀ ਆ। ਅੱਜ ਕਿੰਨੀ ਆ? ਅੱਜ 29 ਆ। ਅੱਛਾ ਥੱਲੇ ਯੂਜ਼ ਬਾਏ 3 ਤਰੀਕ ਤੱਕ। ਅੱਜ ਕਿੰਨੀ ਆ? ਅੱਜ 29 ਆ, ਤੇ 3 ਕ 4 ਦਿਨ ਹੋਰ ਹੋਣਾ ਯੂਜ਼ ਆਪਾਂ, ਇਸ ਕਰਕੇ ਸ਼ੂਗਰ ਆਪਾਂ ਤੋਂ ਉਸ ਹਿਸਾਬ ਨਾਲ ਹੀ ਆਪਾਂ ਕੀ। ਤਾਂ ਫਿਰ ਸਹੀ ਆ, ਆਪਾਂ ਉਹ ਪੜ੍ਹੀ ਜਾਂਦੇ ਹਾਂ ਅਤੇ ਇੱਥੇ ਤੂੰ ਅਪਲਾਈ ਕਰੀ ਜਾਂਦਾ ਸੀਗਾ। ਚੱਲ ਕੋਈ ਨਹੀਂ, ਹੁਣ ਆਪਾਂ ਤੋਂ ਜੇ ਇਹਦਾ ਨਹੀਂ ਨਾ ਇਹਨੇ ਐਗਜੈਕਟ ਅਮਾਊਂਟ 'ਤੇ ਕੱਢਣਾ ਨਾ, ਇਹਦੇ ਨਹੀਂ ਨਾ ਕੱਢਣਾ ਇਹਨਾਂ ਦੁੱਧ। ਆਹ ਦੇਖੀ ਓਏ, ਆਹ ਦੇ ਕਲੀਨ ਸੈਲਫ ਕਲੀਨਿੰਗ, ਹੁਣ ਇਹਦੇ ਨਾਲ ਸਾਫ਼ ਹੋ ਜਾਣਾ ਸਾਰਾ। ਆਪਣਾ ਜਾਰ ਆ ਰਹੇ ਆ, ਆਂਟੀ ਆ ਜਿਹੜੀ ਆ ਸ਼ੋਪ ਆ ਉੱਥੇ, ਨੰਬਰ ਵੀ ਰੋ ਮਿਲ ਕੇ ਰੱਖਿਆ ਇਹਨੇ। ਆ ਮੇਰੇ ਆ ਗਿਆ ਸੀ ਹੱਥ 'ਚ ਟੱਕਣਾ, ਇਹਨੇ ਮੁੰਡੇ ਨੇ ਫੜਾਇਆ ਮੈਨੂੰ ਦੁੱਧ, ਅਤੇ ਥੱਲੇ ਪੈ ਚੱਲਾ ਹੀ ਖਿਲਾਰਾ ਬੱਜ ਗਿਆ ਫਿਰ ਵੀ।
ਤੇ ਇਹਦਾ ਹੁਣ ਹੋਰ ਲਿਆਣ ਕੇ ਇਹਦੇ ਤਾਂ ਨਹੀਂ ਦਹੀਂ ਜੰਮਣਾ, ਹੋਰ ਲਿਆਣ ਕੇ ਆਪਾਂ ਕਿਸੇ ਦਿਨ ਦਹੀਂ ਵੀ ਜਮਾਵਾਂਗੇ। ਅੱਜ ਜਿਹੜਾ ਪੀ ਲੈਣਾ ਤੇ ਉਹ ਸੈੱਟ ਆ, ਬਾਕੀ ਜਿਹੜਾ ਬਚਿਆ ਉਹਨੂੰ ਉਬਾਲਾ ਦਵਾ ਕੇ ਰੱਖ ਲੈਣਾ ਆਪਾਂ। ਜਿਹੜਾ ਅੱਜ ਆਪਾਂ ਤਾਂ ਹੈਗਾ ਆਲਰੇਡੀ ਫਰਿੱਜ 'ਚ ਪੁਰਾਣਾ, ਉਹਨੂੰ ਵਰਤਦੇ ਹਾਂ ਅਤੇ ਇਹਨੂੰ ਉਬਾਲਾ ਦਵਾ ਕੇ ਰੱਖਦੇ ਹਾਂ, ਉਹ ਮੁਕਾਓ ਪਹਿਲਾਂ, ਉਹ ਨਹੀਂ ਐਕਸਪਾਇਰ ਕਰਨਾ ਆਪਾਂ। ਕੈਸ਼ ਨਾ ਨਿਕਲਦਾ ਤੇ ਆਪਾਂ ਇੱਦਾਂ ਹੀ ਮੁੜ ਕੇ ਆਉਣਾ ਸੀਗਾ ਖਾਲੀ ਹੱਥ। ਤੇ ਜੇ ਉਹ ਆਂਟੀ ਵਾਲੀ ਵੀ ਬੈਂਕ ਟ੍ਰਾਂਸਫਰ ਤੋਂ ਮਨਾ ਕਰ ਦਿੰਦੀ, ਆਪਾਂ ਤਾਂ ਆਂਡੇ ਵੀ ਨਹੀਂ ਮਿਲਣੇ ਅੱਜ ਆਪਾਂ ਨੂੰ। ਹੁਣ ਕੈਸ਼ ਵੀ ਰੱਖਣਾ ਪਿਆ ਕਰਨਾ ਕੋਲ ਯਾਰ, ਮੈਨੂੰ ਯਾਦ ਹੈ 20 ਡਾਲਰ ਲੈ ਆਏ ਆ ਦੁੱਧ। ਤੇ ਹੁਣ ਅਸੀਂ ਅੱਜ ਮੌਸਮ ਬਹੁਤ ਵਧੀਆ ਸੀ, ਠੰਡਾ ਠੰਡਾ ਮੀਂਹ ਪੈ ਕੇ ਛੱਡਿਆ, ਤੇ ਅਸੀਂ ਸੋਚਿਆ ਹੁਣ ਅਸੀਂ ਚਿਕਨ ਲਿਆਈਏ, ਰਾਤੀ ਚਿਕਨ ਬਣਾਉਂਦੇ ਹਾਂ। ਵਹਿ ਚੱਲਾ ਸੀ ਆ ਗਿਆ ਜੀਣ ਦਿੰਦੇ ਸਭ ਤੋਂ ਪਹਿਲੀ ਜੋਬ ਥੇਮਸ ਦੀ ਉੱਥੇ ਸੀ ਮੇਰੀ, ਉੱਤੇ ਜਾ ਕੇ ਨਾ ਉਹਨਾਂ ਨੇ ਬੰਦ ਕੀਤਾ ਹੁੰਦਾ ਰੋਡ ਅੱਗੇ ਜਾ ਕੇ, ਅਗਲਾ ਮੋੜ ਖੱਬੇ ਮੁੜ ਕੇ। ਅੱਜ ਖੁੱਲਾ ਰੋਡ ਬੰਦ ਬੰਦ, ਪਤਾ ਨੀ ਕਾਹਤੋਂ ਮਹੀਨਾ ਹੋ ਗਿਆ ਮੈਨੂੰ ਦੇਖਦੇ ਰੋਡ ਬੰਦ ਕੀਤਾ, ਕਰਦੇ ਤੇ ਕੁਛ ਨਹੀਂ ਉੱਥੇ। ਆ ਇੱਥੇ ਆ ਜਿਹੜੀ ਗਰਾਊਂਡ ਆ ਨਾ ਸਕੂਲ ਦੀ, ਇੱਥੇ ਅਸੀਂ ਬਹੁਤ ਖੇਡੀ ਜਾਂਦੇ, ਕ੍ਰਿਕਟ ਵੀ ਖੇਡੀ ਤੇ ਉੱਦਾਂ ਵੀ ਦੌੜ ਲਾਉਣ ਆਈਦਾ ਹੁੰਦਾ ਸੀਗਾ, ਲਾਗੇ ਘਰ ਦੇ ਓਪੋਜ਼ਿਟ ਸਾਈਡ ਹੀ ਸੀਗੀ। ਜਿਹੜੀਆਂ ਸਾਰੀਆਂ ਬਿਲਡਿੰਗਾਂ ਹੋਟਲ ਹੁਟਲ ਇੱਥੇ ਹੈਗੀਆਂ, ਇੱਥੇ ਜਿਹੜਾ ਹੋਸਪਿਟਲ ਥੇਮਸ ਆ ਉੱਥੇ ਹੈਗੀਆਂ ਫੋਟੋਆਂ, 50-60 ਸਾਲ ਪੁਰਾਣੀਆਂ ਬਿਲਡਿੰਗਾਂ ਸਾਰੀਆਂ, ਇਹ ਇੱਦਾਂ ਹੀ ਹੁੰਦੀਆਂ ਸੀ ਉਦੋਂ ਵੀ, ਪੇਂਟ ਪੂੰਟ ਕਰ ਦਿੰਦੇ ਰੈਨੋਵੇਸ਼ਨ ਕਰਕੇ, ਤੇ ਹੈਗਾ ਸਾਰਾ ਮੈਪ ਸੇਮ ਹੀ ਆ ਪੁਰਾਣਾ। ਆ ਗਿਆ ਆਪਾਂ ਪੈਕਿੰਗ ਸੇ, ਲੌਂਗ ਵੀਕਐਂਡ ਦਾ ਤੇ ਇੱਥੇ ਪਾਰਕਿੰਗ ਨਹੀਂ ਮਿਲਦੀ, ਇੰਨਾ ਬਿਜ਼ੀ ਹੁੰਦਾ ਹੈ, ਉੱਦਾਂ ਨਹੀਂ ਇੱਥੇ ਕੁਛ ਵੀ ਹੁੰਦਾ। ਮੈਕਡੋਨਲਡ ਭਰ ਗਈ ਟਰਾਲੀ ਮਿੱਤਰਾਂ ਦੀ।